सैलाब आया हर टीवी के सराहने दे तक भी चलता करे कि अज भी मौसम बड़ा खराब है। तुम देख सकते हो नजरीन ई टाइम भी बड़े बादल छाए हुए हैं। अल्लाह माफ़ी देवे बस बारिशें को लूँ, बारिशें नहीं इंसानियत वास्ते अजाब भी चलती है। फसलात सारे खत्म ठीक है, खा सकते हैं। सामने तो सारे भविष्य बदली काटन इंडस्ट्री, लेकिन इन सारे दीवारों के चुकान भला दोबारा मुरम्मत ठीक है। पहले सारे दीवार गिर गए, लेकिन दोबारा मुरम्मत थी खड़ी है। ये गेट सामने ये दुकान ज़्यादा मिट्टी थोड़े दीवारा भी मुकम्मल तौर पर गिर चुके हैं, भला दोबारा मुरम्मत की गई। तो देख सकते हो ई टाइम उन्होंने सारी दीवार खड़ी कर दी है, दोबारा मुरम्मत की गई है। लेकिन ई टाइम इन्हें फसलों का बहुत नुकसान था, ये तीन दिन जो सामने खड़न था है। लेकिन ई टाइम भी ये पहले हाली बनस्बत अधे हो सन, लेकिन अधे खत्म थी चुके हैं। ये भला लोग दोबारा दोबारा बनी जाए कुल्फा, ये नवा कुल्फा लगे था।
ਟਾਈਮ ਟਾਈਮ ਆਓ ਖਾ ਸਕਦੇ ਹੋ। ਲੇਕਿਨ ਇਹ ਜਿਹੜਾ ਜ਼ਮੀਨ ਹੈ ਨਹੀਂ ਟਾਈਮ ਤੱਕ ਵੀ ਪਾਣੀ ਹੈ, ਲੇਕਿਨ ਨਹੀਂ ਟਾਈਮ ਤੱਕ ਕਾਸ਼ਤ ਦੇ ਕਾਬਿਲ ਕੋਈ ਨਹੀਂ। ਇੱਕ ਬਾਹ ਜਿਹੜੀ ਸਾਹਮਣੇ ਤੋਂ ਰਿਜ਼ਬ ਹੀ ਹੈ ਬਿਲਕੁਲ ਖਤਮ ਹੋ ਚੁੱਕੀ ਹੈ, ਛੋਟੀ ਛੋਟੀ ਹੈ। ਇਹ ਪਾਣੀ ਟਾਈਮ ਤੱਕ ਅਜਾਂ ਬਹੁਤ ਜ਼ਿਆਦਾ ਹੀ ਖੜ ਜਾਂਦਾ ਹੈ, ਲੇਕਿਨ ਬਾਅਦ ਵੀ ਆਰਾਮ ਕਰੇ ਮੌਸਮ ਤੋਂ ਬਾਰਿਸ਼ ਵਾਲਾ ਬਣਿਆ ਹੋਇਆ ਹੈ। ਲੇਕਿਨ ਇਹ ਟਾਈਮ ਤੱਕ ਵੀ ਪਾਣੀ ਖੁਸ਼ਕ ਨਹੀਂ ਕੀਆ। ਇਹ ਤਿਲ ਇਹ ਪੋਲਿਊਸ਼ਨ ਦੇ ਪਵੇ, ਇਹ ਤਿਲ ਸਾਰੇ ਖਤਮ ਸੀ ਗਏ ਸਿਰਫ ਪਾਣੀ ਦੀ ਵਜ੍ਹਾ ਕੋਲੋਂ। ਲੇਕਿਨ ਇਹ ਜਾ ਤਾਂ ਬਹੁਤ ਵੱਡੀ ਉਸ ਨਾਲ ਤਿਲ ਨਿਕਲਦਾ ਸੀ ਪਹਿਲੇ ਸਾਲ, ਬਹੁਤ ਅੱਛਾ ਤਿਲ ਹੈ। ਲੇਕਿਨ ਇਹ ਸਾਲ ਤਿਲ ਖਤਮ ਹੋ ਜਾ ਕਰੇ ਸਾਰਾ ਹੀ ਸੁੱਕਾ ਖੜੇ ਤੋਂ ਸਾਡੇ ਦੇ ਪਏ ਹੋ। ਲੇਕਿਨ ਇਹ ਨਲਕੇ ਲੋਕ ਇੱਥੋਂ ਪਾਣੀ ਬਹੁਤ ਭਰ ਭਰ ਕੇ ਗਿਣਵੇਂ ਦਿਨ ਆਪਣੇ ਆਪਣੇ ਘਰਾਂ ਤੋਂ, ਬਹੁਤ ਹੀ ਮਜ਼ਬੂਤ ਪਾਣੀ, ਮਿੱਠਾ ਪਾਣੀ ਹੈ ਇੱਥੋਂ ਦਾ। ਭਾਵੇਂ ਪਾਣੀ ਅਜੇ ਤੱਕ ਜ਼ਿਆਦਾ ਪਾਣੀ ਖੜ੍ਹਦਾ ਹੈ, ਇਹਦਾ ਵੀ ਸਾਰੇ ਤਿਲ ਹਨ, ਲੇਕਿਨ ਸਾਰੇ ਵੀ ਖਤਮ ਹੋ ਗਏ ਹਨ। ਦੀਵਾਰਾਂ ਸ਼ਿਵਾਰਾਂ ਕੁਝ ਢਾਈ ਗਈਆਂ ਹਨ, ਲੇਕਿਨ ਇਹ ਟਾਈਮ ਤੱਕ ਕੋਈ ਮੁਰੰਮਤ ਹੋਈ ਨਹੀਂ ਥੀਆਂ, ਕਿਉਂਕਿ ਗੌਰਮੈਂਟ ਦਾ ਕੰਮ ਹੈ। ਕੁਝ ਦੇਰ ਤੋਂ ਬਾਅਦ ਇਹ ਗੁਜ਼ਾਰੇ ਵਾਲਾ ਖਾ ਗੱਡੀ 'ਤੇ ਚਾਹੀਦੇ, ਲੇਕਿਨ ਇਹ ਟਾਈਮ ਇਹ ਮਾਲ